भूली मालनी
जागता है दे सतगुर जागता
जे हे मूरत साची है तो गण हारे भूली मालिनी
जागता है दे जागता है देव ठाकुर हमारा ठाकुर हमारा सद बोलंता ठाकुर हमरा सद बोलंता सर्व जिया को प्रभु दान देता ना पत्थर बोले ना पत्थर बोले ना किछ दे फोक टिकर में भूली मालिनी है ए फोक टिकर में निफल है सेव भूली मालिनी है जो पत्थर को कहते देव ताकि ने फल होई से जो पत्थर की पाई पाए की घाल अजाई जाए भूली मालिनी है पाती तोरे मालिनी पाती तोरे मालिनी पति पति जियो जिस पाहल को पति तोरे जिस पाहल को पति तोरे सोपान निर्जीओ भूली मालिनी है सतगुरु जोगता है देव ब्रह्म पाती विष्णु डारी फूल शंकर देव थे रुकना चाहता नाम
ਉਹ ਵਰਤੇ ਗਏ ਨੇ ਜਿਹੜੇ ਕਿਸੇ ਭੁੱਲਣਹਾਰ ਦੀ ਨਿਗਾਹ ਵਿੱਚ ਦੇਵਤੇ ਨੇ ਜੇ ਉਹਨਾਂ ਨੂੰ ਤਿੰਨ ਦੇਵ ਪ੍ਰਤੱਖ ਮੰਨ ਲਿਆ ਜਾਏ ਫਿਰ ਤੇ ਸੇਵ ਕਬੂਲ ਹੈ ਜਾਇਜ਼ ਪਰ ਹਿੰਦੀ ਪਿਛੋਕੜ ਵਿੱਚ ਜ਼ਰੂਰ ਜਾਣਾ ਗੁਰਬਾਣੀ ਨੂੰ ਸਮਝਣਾ ਬਹੁਤ ਕਿਉਂਕਿ ਉਹਦੇ ਖਿਆਲਾਂ ਵਿੱਚ ਜਿਹੜਾ ਇਹਨਾਂ ਨੂੰ ਦੇਵਤਾ ਸਮਝਦਾ ਇਹਨਾਂ ਉਹਨੇ ਕੋਈ ਕਰਤੱਵ ਵੰਡ ਦਿੱਤੇ ਨੇ ਤੇ ਗੁਰੂ ਕਰਤੱਵ ਦੇ ਆਧਾਰ ਤੇ ਆਖਦੇ ਨੇ ਲੈ ਜੇ ਮੰਨ ਲਿਆ ਜਾਏ ਫਿਰ ਉਸ ਕਰਤੱਵ ਦੇ ਆਧਾਰ ਤੇ ਤਾਂ ਤਿੰਨ ਦੇਵਤੇ ਨੇ ਉਹ ਕਰਤੱਵ ਕੀ ਹੈ ਉਹ ਆਖਦਾ ਹੈ ਬ੍ਰਹਮਾ ਸਿਰਜਣਾ ਕਰਦਾ ਹੈ ਬਣਤ ਬਣਵਾਉਂਦਾ ਹੈ ਵਿਸ਼ਨੂੰ ਰੋਜ਼ੀ ਦਿੰਦਾ ਹੈ ਵਿਸ਼ਨੂੰ ਦੇਵਤਾ ਰੋਜ਼ੀ ਦਿੰਦਾ ਹੈ ਤੇ ਸ਼ੰਕਰ ਲੈ ਕਰਦਾ ਖਤਮ ਕਰਦਾ ਅੰਤ ਹੈ ਸੰਸਾਰ ਦਾ ਆਰੰਭ ਬ੍ਰਹਮਾ ਤੋਂ ਹੈ ਰੋਜ਼ੀ ਪ੍ਰਤਪਾਲਨਾ ਵਿਸ਼ਨੂੰ ਦੀ ਹੈ ਤੇ ਸੰਸਾਰ ਦਾ ਅੰਤ ਸ਼ੰਕਰ ਹੈ ਸ਼ਿਵ ਜੀ ਹੈ ਹੁਣ ਇੱਥੇ ਇੱਕ ਸੰਗਿਆ ਲਈ ਨੇ ਕਰਤੱਵ ਤੋਂ ਕਹਿੰਦੇ ਨੇ ਜਦੋਂ ਮੈਂ ਤੈਨੂੰ ਫੁੱਲ ਪੱਤੀਆਂ ਤੇ ਡਾਲੀਆਂ ਤੋੜਦਾ ਦੇਖਣਾ ਮੈਨੂੰ ਉਹਨਾਂ ਤਿੰਨਾਂ ਵਿੱਚ ਇੱਕ ਕਰਤੱਵ ਦਿਸਦਾ ਹੈ ਬ੍ਰਹਮ ਪਾਤੇ ਪੱਤੀਆਂ ਦੇ ਮਿਲਾਪ ਤੋਂ ਪੱਤੀਆਂ ਹੀ ਫੁੱਲ ਨੂੰ ਰੂਪ ਦਿੰਦੀਆਂ ਨੇ ਸਰੂਪ ਦਿੰਦੀਆਂ ਸ਼ਕਲ ਦਿੰਦੀਆਂ ਨੇ ਕਿਸੇ ਫੁੱਲ ਵਿੱਚ ਥੋੜੀਆਂ ਪੱਤੀਆਂ ਨੇ ਕਿਸੇ ਵਿੱਚ ਜ਼ਿਆਦਾ ਨੇ ਪਰ ਜਿਸ ਦਿਨ ਫੁੱਲ ਟੁੱਟ ਜਾਏ ਉਸ ਦਿਨ ਪੱਤੀ ਪੱਤੀ ਹੋ ਜਾਂਦਾ ਹੈ ਪੱਤੀਆਂ ਦਾ ਜੋੜ ਹੀ ਫੁੱਲ ਦਾ ਆਰੰਭ ਹੈ ਇਸ ਲਈ ਮੈਂ ਪੱਤੀਆਂ ਨੂੰ ਉਹਨਾਂ ਦੇ ਕਰਤੱਵ ਨੂੰ ਬ੍ਰਹਮਾ ਦਾ ਨਾਮ ਦੇ ਦਿਆਂ ਡਾਰੀ ਟਾਣੀ ਧਰਤੀ ਤੋਂ ਲਿਆ ਕੇ ਫੁੱਲ ਤੱਕ ਰੋਜ਼ੀ ਪਹੁੰਚਾਉਂਦੀ ਹੈ ਟਾਣੀ ਨਾਲੋਂ ਟੁੱਟ ਜਾਏ ਫੁੱਲ ਰੋਜ਼ੀ ਨਹੀਂ ਮਿਲਦੀ ਟਾਣੀ ਰੋਜ਼ੀ ਪਹੁੰਚਾਉਣ ਵਾਲੀ ਹੈ ਵਿਸ਼ਨੂੰ ਦਾ ਕੰਮ ਕਰ ਰਹੀ ਹੈ ਬ੍ਰਹਮ ਪਾਤੀ ਵਿਸ਼ਨ ਡਾਰੀ ਜਿਹੜੀ ਟਾਹਣੀ ਹੈ ਵਿਸ਼ਨੂੰ ਦਾ ਕੰਮ ਕਰ ਰਹੀ ਹੈ ਕਿਉਂਕਿ ਫੁੱਲ ਤੱਕ ਰੋਜ਼ੀ ਪਹੁੰਚਾ ਰਹੀ ਹੈ ਸ਼ਕਤੀ ਧਰਤੀ ਤੋਂ ਲਿਆ ਕੇ ਪਾਣੀ ਤੋਂ ਲਿਆ ਕੇ ਫੁੱਲ ਤੱਕ ਜਿਹੜੀ ਸੁੰਦਰਤਾ ਪਹੁੰਚਦੀ ਹੈ ਸਾਰੀ ਟਾਹਣੀ ਦੇ ਰਾਹੀਂ ਪਹੁੰਚਦੀ ਹੈ ਟਾਹਣੀ ਨਾਲੋਂ ਟੁੱਟਿਆ ਹੋਇਆ ਫੁੱਲ ਕੁਮਲਾ ਜਾਂਦਾ ਇਸ ਲਈ ਟਾਹਣੀ ਜਦੋਂ ਟੁੱਟਦੀ ਹੈ ਨਾ ਮੈਂ ਸਮਝਣਾ ਤੂੰ ਵਿਸ਼ਨੂੰ ਨੂੰ ਤੋੜ ਰਹੀ ਤੇ ਫੁੱਲ ਜਿਹੜਾ ਜਦੋਂ ਫੁੱਲ ਦਾ ਰੂਪ ਕੰਪਲੀਟ ਹੈ ਫੁੱਲ ਰੂਪ ਬਣ ਜਾਏ ਉਦੋਂ ਸਮਝੋ ਸ਼ੰਕਰ ਹੈ ਅੰਤ ਆ ਗਿਆ ਬਸ ਫੁੱਲ ਤੋਂ ਬਾਅਦ ਹੋਰ ਕੁਝ ਨਹੀਂ ਬਣਨਾ ਜਿਹੜੀਆਂ ਫੁੱਲ ਪੱਤੀਆਂ ਮਾਲਨ ਤੋੜ ਰਹੀ ਹੈ ਉਹਨਾਂ ਦੀ ਐਗਜ਼ਾਮਪਲ ਵਰਤ ਰਹੇ ਨੇ ਕਹਿੰਦੇ ਨੇ ਜਦੋਂ ਫੁੱਲ ਬਣ ਗਿਆ ਬਸ ਸ਼ੰਕਰ ਆ ਗਿਆ ਤੇ
ਜਦੋਂ ਇਹਨਾਂ ਤਿੰਨਾਂ ਕਰਤੱਵਾਂ ਨੂੰ ਮੈਂ ਤੋੜਦਾ ਤੈਨੂੰ ਦੇਖਣਾ, ਮੈਨੂੰ ਦਿਸਦਾ ਵੀ ਇਹ ਤਿੰਨ ਤਾਂ ਦੇਵਤੇ ਤੂੰ ਤੋੜ ਰਹੀ ਹੈ, ਭੇਟਾ ਕਹਿੰਦੀ ਕਰ ਰਹੀ ਹੈ। ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦੇਓ ਤੀਨ ਦੇਵ ਪ੍ਰਤੱਖ ਤੋਰੇ। ਐਸਾ ਤਮਾਸ਼ਾ ਇੱਕ ਹੋਰ ਸ਼ਬਦ ਵਿੱਚ ਵੀ ਸੱਦੂ ਨੇ ਆਖੇ ਕਹਿਣ ਲੱਗੇ। ਹੁਣੇ ਇੱਕ ਸ਼ਬਦ ਦਾ ਆਰੰਭ ਹੋਇਆ ਸੀ ਜਿਹਦੇ ਵਿੱਚ ਇੱਕ ਲਫ਼ਜ਼ ਸਨ, ਕਹਿਣ ਲੱਗੇ ਕਬੀਰ ਜੈ ਜੈ ਹੋ ਫਿਰੋ। ਬਾਬਾ ਕਬੀਰ ਕਹਿੰਦੇ ਨੇ ਮੈਂ ਸਾਰਾ ਸੰਸਾਰ ਫਿਰਿਆ ਵਿਚਰਿਆ, ਵੱਖ ਵੱਖ ਧਰਮਾਂ ਦੇ ਵਿਚਾਰ, ਵੱਖ ਵੱਖ ਮਨੁੱਖਾਂ ਦੇ ਵਿਚਾਰ, ਉਹਨਾਂ ਦੇ ਕਰਤੱਵ ਦੇਖੇ, ਪਰ ਇੱਕ ਲਫ਼ਜ਼ ਵਰਤਿਆ ਨੇ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਉਹ ਹੈ ਕੌਤਕ। ਇਹ ਲਫ਼ਜ਼ ਬੜਾ ਵਿਚਾਰਨ ਵਾਲਾ ਹੈ। ਕਬੀਰ ਜੇ ਜੇ ਹਾਂ ਫਿਰੋਂ, ਮੈਂ ਜਿੱਥੇ ਜਿੱਥੇ ਵੀ ਗਿਆ ਇੱਕ ਕੌਤਕ ਦੇਖਿਆ, ਤਮਾਸ਼ਾ ਦੇਖਿਆ, ਨਾਟਕ ਦੇਖਿਆ, ਹਰ ਥਾਂ 'ਤੇ ਨਾਟਕ ਹੋ ਰਿਹਾ ਸੀ, ਹਰ ਥਾਂ 'ਤੇ ਕੌਤਕ ਹੀ ਹੋ ਰਹੇ ਸਨ। ਕੋਈ ਮਾਇਆ ਲਈ ਨਾਟਕ ਪਿਆ ਕਰਦਾ ਸੀ, ਦੋਸਤੀ ਵਿੱਚ ਵੀ ਨਾਟਕ ਆ ਗਿਆ ਸੀ, ਉੱਪਰੋਂ ਹੋਰ ਅੰਦਰੋਂ ਹੋਰ ਨਾਟਕ। ਨਾਟਕ ਹੁੰਦਾ ਕੀ ਜਿਹੜਾ ਉੱਪਰੋਂ ਹੋਰ ਹੋਵੇ ਅੰਦਰੋਂ ਹੋਰ ਹੋਵੇ, ਕੇਵਲ ਬਸਤਰ ਪਹਿਨ ਕੇ ਕੇਵਲ ਰੂਪ ਬਣਾ ਕੇ ਨਾਟਕਕਾਰ ਜਿਹੜਾ ਹੈ ਉਹ ਸਟੇਜ 'ਤੇ ਆਉਂਦਾ ਹੈ, ਪਰ ਅਸਲ ਵਿੱਚ ਜੋ ਸਰੂਪ ਬਣ ਕੇ ਬਣਾ ਕੇ ਆਉਂਦਾ ਨਾ ਉਹ ਨਹੀਂ ਹੁੰਦਾ। ਨਾਟਕਕਾਰ ਕਹਿੰਦੇ ਉਸਨੇ, ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਅਨਕ ਵੇਖ, ਕਹਿਣ ਲੱਗੇ ਅਨੇਕ ਤਰ੍ਹਾਂ ਦੇ ਰੂਪ ਬਣਾਉਂਦਾ ਹੈ, ਅਨਕ ਸਵਾਂਗ ਕਾਛੇ ਭੇਖ ਧਾਰੀ। ਸਵਾਂਗੀ ਜਿਹੜਾ, ਸਵਾਂਗੀ ਦਾ ਅਰਥ ਕੀ, ਨਾਟਕਕਾਰ, ਸਵਾਂਗ ਕਰਨ ਵਾਲਾ, ਤਮਾਸ਼ਾ ਕਰਨ ਵਾਲਾ, ਉਹ ਕਦੀ ਰਾਜੇ ਦਾ ਭੇਖ ਬਣਾਉਂਦਾ ਪਰ ਰਾਜਾ ਨਹੀਂ ਹੁੰਦਾ। ਮੈਂ ਇੱਕ ਵਾਰ ਕੀਤੀ ਸੀ, ਕਈ ਵਾਰ ਸਵਾਂਗੀ ਨਾਟਕਕਾਰ ਜਿਹੜੇ ਨੇ ਉਹਨਾਂ ਨੂੰ ਬੰਦਿਆਂ ਦੀ, ਆਪਣੇ ਆਰਟਿਸਟਾਂ ਦੀ, ਕੰਮ ਕਰਨ ਵਾਲਿਆਂ ਦੀ ਲੋੜ ਹੁੰਦੀ ਹੈ, ਨਹੀਂ ਮਿਲਦੇ, ਫਿਰ ਉਹ ਕਿਸੇ ਗਰੀਬ ਨੂੰ ਵੀ ਫੜ ਲਿਆਉਂਦੇ ਨੇ, ਲੈ ਮੈਂ ਤੈਨੂੰ ਜਿਹੜੇ ਕੱਪੜੇ ਪਾਵਾਂ ਪਾ ਕੇ ਬਹਿ ਜਾਈਂ, ਤੂੰ ਬਹਿਣਾ ਹੀ ਹੈ, ਤੂੰ ਤੇਰੇ ਲਈ ਸਿੰਘਾਸਨ ਸੱਜ ਜਾਏਗਾ, ਤੂੰ ਬੈਠਾ ਰਹੀਂ। ਜੇ ਤੂੰ 4 ਘੰਟੇ ਬਾਦਸ਼ਾਹ ਦਾ ਰੂਪ ਬਣ ਕੇ ਉੱਥੇ ਠੀਕ ਤਰ੍ਹਾਂ ਬੈਠਾ ਰਿਹਾ ਤੈਨੂੰ ਇੰਨੇ ਪੈਸੇ ਮਿਲਣਗੇ। ਉਹਨੂੰ ਬੜੇ ਸੁੰਦਰ ਕੱਪੜੇ ਪਹਿਰਾ ਦਿੱਤੇ ਜਾਂਦੇ, ਅਨੇਕ ਤਰ੍ਹਾਂ ਦੇ ਗਹਿਣਿਆਂ ਨਾਲ ਸਜਾ ਦਿੱਤਾ ਜਾਂਦਾ ਹੈ, ਉਹਦਾ ਸਿੰਘਾਸਨ ਬੜਾ ਖੂਬਸੂਰਤ ਬਣਾ ਦਿੱਤਾ ਜਾਂਦਾ ਹੈ, ਉਹਦੇ 'ਤੇ ਉਸਨੂੰ ਬੜੇ ਮਾਣ ਸਨਮਾਨ ਨਾਲ ਲਿਆ ਕੇ ਬਿਠਾ ਦਿੱਤਾ ਜਾਂਦਾ ਹੈ, ਬੈਠਾ। ਪਰ ਕੋਈ ਬਾਦਸ਼ਾਹ ਨਹੀਂ ਬਣ ਗਿਆ, ਮਤ ਸਮਝੋ ਉਹ ਬਾਦਸ਼ਾਹ ਹੈ, ਬੈਠਾ ਬਾਦਸ਼ਾਹ ਦੀ ਚੇਅਰ 'ਤੇ ਹੈ, ਸਵਾਂਗ ਕਰ ਰਿਹਾ ਬਾਦਸ਼ਾਹ ਦਾ, ਪਰ ਉਹ ਤਾਂ ਇੱਕ ਇੱਕ ਮਿੰਟ ਪਿਆ ਗਿਣਦਾ ਕਦੋਂ ਮੇਰੇ 4 ਘੰਟੇ ਖਤਮ ਹੋਣ, ਜਿਹੜੇ ਮੈਨੂੰ 10 ਰੁਪਏ ਮਿਲਦੇ ਨੇ ਲੈ ਕੇ ਤੁਰਦਾ ਬਣਾ, ਮੈਂ ਕਿਹੜਾ ਬਾਦਸ਼ਾਹ। ਅਸਲ ਵਿੱਚ ਬਾਦਸ਼ਾਹ ਤਾਂ ਹੈ ਨਹੀਂ, ਸਵਾਂਗ ਕਰ ਰਿਹਾ।
ਗੁਰੂ ਨੇ ਬਾਣੀ ਵਿੱਚ ਆਖਿਆ, ਅਣਕ ਸਵੰਗ ਕਾਛੇ ਭੇਗਧਾਰੀ ਜੈਸੋ ਸਾ ਤੈਸੋ ਦ੍ਰਿਸ਼ਟਾਰੀ। ਅਸਲ ਜਿਹੜੇ ਅਸਲ ਵਿੱਚ ਜੋ ਕੁਝ ਹੈ ਸੀ ਉਹ ਹੀ ਹੈ। ਜਿਹੜੇ ਉਹਨੂੰ ਪਛਾਣਦੇ ਨੇ ਨਾ ਉਹ ਉਹਨੂੰ ਸਲਾਮਣ ਨਹੀਂ ਕਰਦੇ, ਉਹਦੀ ਮਜ਼ਾਕ ਉਡਾਉਂਦੇ ਨੇ, ਕਹਿੰਦੇ ਨੇ ਇਹਨੂੰ ਜਾਣਦੇ, ਇਹ ਫਲਾਣੀ ਥਾਂ 'ਤੇ ਰੇਹੜੀ ਵਾਹੁੰਦਾ, ਰਿਕਸ਼ਾ ਚਲਾਉਂਦਾ, ਇੱਥੇ ਵਾਜਬ ਬਾਦਸ਼ਾਹ ਬਣ ਕੇ ਬੈਠਾ। ਜਿਹੜੇ ਪਛਾਣਦੇ ਨੇ, ਪਛਾਣਨ ਵਾਲੇ ਕਦੀ ਭੇਖ ਅੱਗੇ ਨਹੀਂ ਪੁੱਜਦੇ। ਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ, ਕਹਿਣ ਲੱਗੇ ਬਾਹਰ ਭੇਖ ਨਾ ਕਾਹੂ ਭੀਨ। ਜਿਹੜਾ ਪ੍ਰਭੂ ਅੰਤਰਜਾਮੀ ਹੈ, ਜਿਹੜਾ ਜਾਣਦਾ ਹੈ ਕਿ ਸੰਸਾਰ ਇੱਕ ਤਮਾਸ਼ਾ ਹੈ, ਜੀਵਨ ਇੱਕ ਤਮਾਸ਼ਾ ਬਣ ਗਿਆ, ਮਿੱਤਰ ਮਿੱਤਰ ਦਾ ਦਿਖਾਵਾ ਕਰ ਰਿਹਾ, ਮਿੱਤਰ ਨਹੀਂ ਉਪਰੋਂ ਮਿੱਤਰ ਹੈ। ਅੱਜ ਰਿਸ਼ਤੇ ਉਹ ਨਹੀਂ ਰਹੇ, ਮੈਰਿਜ ਹੁੰਦੀ ਹੈ ਉਵੇਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ, ਕੋਈ ਲਾੜਾ ਬਣਦਾ ਕੋਈ ਲਾੜੀ ਬਣਦੀ, 6 ਮਹੀਨੇ ਸਾਲ ਨਹੀਂ ਗੁਜ਼ਰਦਾ ਡਾਈਵੋਰਸ ਹੋ ਜਾਂਦਾ ਹੈ, ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ ਅਦਾਲਤਾਂ ਵਿੱਚ ਖੜੇ। ਕੀ ਉਹ 1 ਸਾਲ ਦਾ ਇੱਕ ਸਵਾਂਗ ਸੀ, ਜੀਵਨ ਇੱਕ ਸਵਾਂਗ ਬਣ ਗਿਆ, ਜੀਵਨ ਇੱਕ ਨਾਟਕ ਬਣ ਗਿਆ, ਹਰ ਸਟੇਜ 'ਤੇ ਨਾਟਕ ਖੇਡਿਆ ਜਾ ਰਿਹਾ, ਕਾਰੋਬਾਰ ਦੀ ਸਟੇਜ 'ਤੇ ਨਾਟਕ ਖੇਡਿਆ ਜਾ ਰਿਹਾ, ਵਿਹਾਰਾਂ ਵਿੱਚ ਝੂਠ ਹੈ, ਫਰੇਬ ਹੈ, ਠੱਗੀ ਦੁੱਖ ਹੈ, ਇਨਸਾਫ ਦੀਆਂ ਅਖਵਾਉਣ ਵਾਲੀਆਂ ਅਦਾਲਤਾਂ ਦੇ ਕਟਹਿਰੇ ਵਿੱਚ ਜਾ ਕੇ ਦੇਖ ਲਓ, ਉੱਥੇ ਇੱਕ ਨਾਟਕ ਖੇਡਿਆ ਜਾ ਰਿਹਾ ਹੈ। ਸੰਸਾਰ ਦਾ ਜੀਵਨ ਹੀ ਇੱਕ ਤਮਾਸ਼ਾ ਬਣ ਗਿਆ ਹੈ, ਬਲਕਿ ਕਦੀ ਹੋਰ ਗਹਿਰਾਈ ਨਾਲ ਦੇਖੋ ਨਾ, ਹੁਣ ਤਾਂ ਧਰਮ ਦੀ ਦੁਨੀਆ ਵਿੱਚ ਵੀ ਨਾਟਕ ਖੇਡਿਆ ਜਾ ਰਿਹਾ, ਧਰਮ ਦੇ ਖੇਤਰ ਵਿੱਚ ਵੀ ਨਾਟਕ ਤਮਾਸ਼ਾ। ਸਤਿਗੁਰ ਨੇ ਬਾਣੀ ਵਿੱਚ ਇੱਕ ਲਫ਼ਜ਼ ਵਰਤੇ, ਕਹਿਣ ਲੱਗੇ ਮੋਕੋ ਕੁਸਲ ਬਤਾਵੋ ਕੋਈ, ਮੈਨੂੰ ਦੱਸੋ ਉਹ ਕੁਸਲ ਤਮਾਸ਼ਾ ਖੇਡ ਕਿਹਨੂੰ ਆਖਦੇ ਨੇ, ਕਿਹੋ ਜਿਹੀ ਹੁੰਦੀ ਹੈ। ਮੋਕੋ ਕੁਸਲ ਬਤਾਵੋ ਕੋਈ, ਕੁਸਲ ਕੁਸਲ ਕਹਿਤੇ ਜਗ ਬਿਨ ਸੇ ਕੁਸਲ ਵੀ ਕੈਸੇ ਹੋਈ। ਦੁਨੀਆ ਕੁਸਲ ਦੀਆਂ ਤਮਾਸ਼ਿਆਂ ਦੀਆਂ ਗੱਲਾਂ ਕਰਦੀ ਹੈ, ਮੈਂ ਵੀ ਤਮਾਸ਼ਾ ਦੇਖਣਾ ਚਾਹੁੰਦਾ ਦੇਖਣਾ ਚਾਹੁੰਦਾ। ਤੇ ਗੁਰੂ ਲੋ ਇੱਕ ਤਮਾਸ਼ੇ ਦਾ ਜ਼ਿਕਰ ਕਰਦੇ ਨੇ, ਲੈ ਆਹ ਤਮਾਸ਼ਾ ਵੇਖ ਲੈ, ਆਹ ਦੇਖ ਲੈ। ਜੀਵਤ ਪਿੱਤਰ ਨਾ ਮਾਨੇ ਕੋ, ਲੈ ਆਹ ਹੀ ਤਮਾਸ਼ਾ। ਜੀਵਤ ਪਿੱਤਰ ਨਾ ਮਾਨੇ ਕੋਈ, ਮੂਹੇ ਸਰਾਧ ਕਰਾਈ, ਇਹ ਤਮਾਸ਼ਾ ਨਹੀਂ ਤੇ ਹੋਰ ਕੀ। ਜਿਉਂ ਦੀ ਪਾਣੀ ਨਹੀਂ ਪੁੱਛਣਾ, ਜਿਉਂ ਦੀ ਸਨਮਾਨ ਨਹੀਂ ਕਰਨਾ। ਇੱਧਰ ਹੈਰਾਨ ਹੁੰਦਾ ਜਦੋਂ ਸਾਲ ਬਾਅਦ ਵੀ ਮੁਸ਼ਕਲ ਨਾਲ ਦਿਨ ਨਿਸ਼ਚਿਤ ਕਰ ਦਿੱਤਾ, ਇਹ ਫਾਦਰ ਡੇ ਹੈ, ਇਹ ਮਦਰ ਡੇ ਹੈ, ਬਸ ਤਮਾਸ਼ਾ ਬਣ ਗਿਆ ਸੰਸਾਰ, ਰਿਸ਼ਤੇ ਤਮਾਸ਼ਾ ਬਣ ਗਏ ਨੇ, ਜ਼ਿੰਮੇਦਾਰੀਆਂ ਤੇ ਵਫਾਦਾਰੀਆਂ ਤਮਾਸ਼ਾ ਬਣ ਗਈਆਂ ਨੇ। ਜਿਉਂਦਿਆਂ ਪਿੱਤਰ ਨੂੰ ਮਾਂ ਬਾਪ ਨੂੰ ਬਜ਼ੁਰਗ ਨੂੰ ਮੰਨਣਾ ਹੀ, ਜਦੋਂ ਉਹਨੇ ਚਲਾ ਜਾਣਾ ਹੈ ਆਖਣਾ ਜੀ ਉਹਦੇ ਨਾਂ ਦਾ ਸਰਾਧ ਕਰ ਰਿਹਾ, ਸਰਾਧ ਵਿੱਚ ਆਹ ਚੀਜ਼ਾਂ ਦੇ ਰਹੇ, ਉਹਨੂੰ ਪੁੱਛਾ ਪਹੁੰਚ ਜਾਣਗੀਆਂ। ਖਿਆਲ ਕਰਿਓ ਕਿਸੇ ਨਾ ਕਿਸੇ ਢੰਗ ਨਾਲ ਇਹ ਤਮਾਸ਼ਾ ਸਾਡੇ ਵਿੱਚ ਪ੍ਰਵੇਸ਼ ਕਰ ਗਿਆ,
ਅਸੀਂ ਵੀ ਉਸ ਤਮਾਸ਼ੇ ਦਾ ਹਿੱਸਾ। ਹੈਰਾਨ ਹੋਇਆ ਕਿਸ ਤਰ੍ਹਾਂ ਤਮਾਸ਼ਾ ਪ੍ਰਵੇਸ਼ ਕੀਤਾ। ਅਸੀਂ ਜਿੰਨੀ ਦੇਰ ਆਪਣੇ ਲਿਟਰੇਚਰ ਦੀ ਪੜਚੋਲ ਸਿਦਕ ਦਿਲੀ ਨਾਲ ਦ੍ਰਿੜਤਾ ਨਾਲ ਨਹੀਂ ਕਰਾਂਗੇ ਸਾਡਾ ਦੁਖਾਂਤ ਹੀ ਹੈ। ਅਸੀਂ ਆਪਣੀਆਂ ਪਰੰਪਰਾਵਾਂ ਨੂੰ ਸਿਰ ਵੇਖ ਰਹੇ ਹਾਂ। ਜਿਵੇਂ ਪਿਛਲੇ ਦਿਨਾਂ 'ਚ ਲਫ਼ਜ਼ ਆਇਆ ਸੀ ਅੱਖਰਾਂ ਦੀ ਗਿਣਤੀ, ਕਿਹੜੀ ਕਿਤਾਬ ਵਿੱਚ ਕੀ ਲਿਖਿਆ ਹੈ? ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਫਰਮਾ ਰਹੇ ਆ ਉਧਰ ਧਿਆਨ ਨਹੀਂ। ਇੱਕ ਕਿਤਾਬ ਹੈ, ਮੈਂ ਪਿਛਲੇ ਦਿਨ ਸਰਚ ਕੀਤੀ ਸੀ, ਭਗਤ ਮਾਲ ਸਿੱਖਾਂ ਦੀ ਲਿਖੀ ਹੋਈ, ਆਖਦੇ ਨੇ ਭਾਈ ਮਨੀ ਸਿੰਘ ਜੀ ਦੀ, ਭਾਈ ਮਨੀ ਸਿੰਘ ਜੀ ਦੇ ਨਾਮ ਥੱਲੇ। ਉਹਦੇ ਵਿੱਚ ਵੀ ਇਹ ਲਫ਼ਜ਼ ਨੇ। ਬਾਕੀ ਜਿੱਥੇ ਮਨ ਘੜਤ ਅਤੇ ਮਨਮਤ ਦੀਆਂ ਅਨੇਕਾਂ ਗੱਲਾਂ ਭਾਈ ਮਨੀ ਸਿੰਘ ਜੀ ਦੇ ਨਾਮ 'ਤੇ ਸਾਡੇ ਵਿੱਚ ਪ੍ਰਵੇਸ਼ ਕੀਤੀਆਂ ਜਾ ਰਹੀਆਂ, ਕਿਉਂਕਿ ਅਸੀਂ ਜਵਾਬ ਨਾ ਦੇ ਸਕੀਏ ਦੁੱਖਾਂ ਦੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਥੱਲੇ ਰਚਨਾਵਾਂ ਸਾਡੇ ਵਿੱਚ ਪ੍ਰਵੇਸ਼ ਕਰ ਗਈਆਂ, ਭਾਈ ਮਨੀ ਸਿੰਘ ਜੀ ਦੇ ਨਾਮ ਥੱਲੇ ਰਚਨਾਵਾਂ ਸਾਡੇ ਵਿੱਚ ਪ੍ਰਵੇਸ਼ ਕਰ ਗਈ। ਕਮ ਸੇ ਕਮ ਵਿਚਾਰੋ ਤਾਂ ਸਹੀ ਨਾਮ ਭਾਈ ਮਨੀ ਸਿੰਘ ਦਾ। ਅਤੇ ਉੱਥੇ ਵੀ ਸਿੱਖ ਸਵਾਲ ਕਰਦੇ ਨੇ ਜੀ, ਹੁਣ ਤੱਕ ਅਸੀਂ ਸਰਾਧ ਕਰਦੇ ਸਾਂ ਪਿੱਤਰਾਂ ਦੇ, ਉਹਨਾਂ ਸਵਾਲਾਂ ਵਿੱਚ ਹੈ ਸਰਾਧ ਕਰਦੇ ਸਾਂ, ਹੁਣ ਸਾਨੂੰ ਸਿੱਖ ਕਹਿੰਦੇ ਨੇ ਸਰਾਧ ਨਾ ਕਰੋ, ਕੀ ਕਰੀਏ, ਕੀ ਹੁਕਮ ਹੈ? ਥੱਲੇ ਹੈ ਦਸਖਤ ਖਾਸ ਹੋਏ, ਭਾਵ ਸਪਸ਼ਟ ਸਪੈਸ਼ਲ ਹੁਕਮ ਕੀਤਾ ਗਿਆ ਗੁਰੂ ਵੱਲੋਂ। ਉੱਥੇ ਲਫ਼ਜ਼ ਨੇ ਬਲਕਿ ਐਗਜ਼ਾਮਪਲ ਹੈ, ਸਰਾਧ ਜ਼ਰੂਰ ਕਰੋ। ਅਤੇ ਐਗਜ਼ਾਮਪਲ ਕੀ ਦਿੰਦੇ ਨੇ? ਜਿਵੇਂ ਬੱਚਾ ਗੁੱਡੀ ਚੜਾਉਂਦਾ ਹੈ ਨਾ, ਅਤੇ ਕਈ ਵਾਰੀ ਪੇਪਰ ਜਾਂ ਦੀਵਾ ਪੁਰਾਣੇ ਸਮੇਂ ਅੰਦਰ ਜਿਹੀਆਂ ਗੇਮਾਂ ਹੁੰਦੀਆਂ ਸਨ, ਜਗਾ ਕੇ ਡੋਰ ਦੇ ਵਿੱਚ ਰੱਖ ਦਿੰਦਾ, ਉਹ ਗੁੱਡੀ ਪਤੰਗ ਉੱਪਰ ਹੁੰਦੀ, ਉਹ ਡੋਰ ਦੇ ਵਿੱਚ ਚੱਲਦੀ 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 ਪਤੰਗ ਤੱਕ ਪਹੁੰਚ ਜਾਂਦੀ ਹੈ। ਐਗਜ਼ਾਮਪਲ ਭਾਈ ਮਨੀ ਸਿੰਘ ਜੀ ਦੇ ਨਾਮ ਥੱਲੇ ਇਹ ਦਿੱਤੀ ਜਾਂਦੀ ਹੈ। ਜਿਵੇਂ ਉਹ ਚੀਜ਼ ਪਹੁੰਚ ਜਾਂਦੀ ਹੈ ਨਾ ਡੋਰੀ, ਤਾਂ ਇਸੇ ਤਰ੍ਹਾਂ ਤੁਹਾਡਾ ਕੀਤਾ ਹੋਇਆ ਪੁੰਨਦਾਨ ਪਿੱਤਰਾਂ ਦੇ ਨਾਂ 'ਤੇ ਉਹ ਵੀ ਪਹੁੰਚਦਾ ਹੈ। ਗੁਰੂ ਕੀ ਜਵਾਬ ਦਿੰਦਾ? ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਪੁੱਛਦਾ। ਸਤਿਗੁਰੂ ਕਹਿੰਦੇ ਨੇ ਜੀਵਤ ਪਿੱਤਰ ਨਾ ਮੰਨੇ ਕੋ ਮੂਹੇ ਸਰਾਧ ਕਰਾਈ ਪਿੱਤਰ ਵੀ ਬੱਪੜੇ ਕੋ ਕਿਉਂ ਪਾਵੇ ਕਊਆ ਕੂਕਰ ਖਾਈ। ਸਾਹਮਣੇ ਕਊਆ ਕੂਕਰ ਆਦਿ ਉਹਦੇ ਉਸ ਭੋਜਨ ਨੂੰ ਖਾ ਰਹੇ ਨੇ, ਖਤਮ ਕਰ ਰਹੇ ਨੇ, ਉਹ ਸਮਝਦਾ ਮੇਰੇ ਪਿੱਤਰਾਂ ਕੋਲ ਪਹੁੰਚ ਰਿਹਾ ਹੈ। ਕੈਸਾ ਤਮਾਸ਼ਾ ਹੈ ਧਰਮ ਦੇ ਨਾਮ ਥੱਲੇ ਤਮਾਸ਼ਾ! ਉਹ ਭਲਿਓ ਸਾਡਾ ਜੀਵਨ ਸੰਸਾਰਿਕ ਵਿਹਾਰਾਂ ਵਿੱਚ ਤਾਂ ਤਮਾਸ਼ਾ ਬਣਨਾ ਸੀ, ਕਿਉਂਕਿ ਸਿਆਸਤ ਇੱਕ ਧੋਖਾ ਹੈ, ਉੱਥੇ ਕੋਈ ਤਮਾਸ਼ਾ ਕਰ ਜਾਏ ਜਿਹੜਾ ਹੋ ਰਿਹਾ ਰੋਜ਼ ਹੋ ਰਿਹਾ, ਅਸੀਂ ਉਸ ਤਮਾਸ਼ੇ ਨੂੰ ਵੇਖ ਰਹੇ ਹਾਂ, ਬੋਲ ਨਹੀਂ ਰਹੇ। ਪਰ ਕਿਹੜੀ ਅਜੀਬ ਗੱਲ ਹੈ, ਕਦੀ ਗਹਿਰਾਈ ਨਾਲ ਸੱਚਾਈ ਨਾਲ ਦੇਖੀਏ ਇਸ ਕੌੜੀ ਸੱਚਾਈ ਨੂੰ, ਤੇ ਸਾਡੇ ਧਰਮ ਦੇ ਖੇਤਰ ਵਿੱਚ ਵੀ ਤਮਾਸ਼ਾ ਹੋ ਰਿਹਾ ਹੈ। ਰਸਨਾ ਤੋਂ ਗੁਰੂ ਆਖ ਰਿਹਾ ਮਾਟੀ ਕੇ ਘਰ ਦੇਵੀ ਦੇਵਾ ਤਿਸ ਆਗੇ ਜੀਉ ਦੇਈ, ਮਿੱਟੀ ਦੇ ਤੂੰ ਦੇਵਤੇ ਬਣਾ ਲੈਣੇ, ਪੱਥਰਾਂ ਦੀਆਂ ਤੂੰ ਮੂਰਤਾਂ ਬਣਾ ਲਈਆਂ ਨੇ, ਉਹਨਾਂ ਮੂਰਤਾਂ ਦੇ ਸਾਹਮਣੇ ਤੂੰ ਨਮਸਕਾਰਾਂ ਕਰੀ ਜਾਂਦਾ ਹੈ। ਆਪਣਾ ਗੁਰੂ ਅਤੇ ਆਪਣਾ ਰਾਜ਼ਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ, ਕਹਿਣਾ ਹੈ। ਸਿੱਖ ਰਹਿਤ ਮਰਿਆਦਾ ਵਾਲਾ ਲਿਖਣ ਵਾਲਿਆਂ ਨੇ ਵੀ ਮਜਬੂਰ ਨੂੰ ਲਿਖਣਾ ਸੀ, ਲਿਖਣਾ ਪਿਆ ਕਿ ਆਪਣਾ ਰਾਜ਼ਕ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਣਾ ਲਿਖਿਆ ਹੈ। ਪਰ ਲਿਖਣ ਤੋਂ ਬਾਅਦ
ਉਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੂਰਤਾਂ ਦੇ ਸਿੰਘਾਸਨ ਲੱਗੇ ਹੋਏ ਨੇ, ਫੋਟੋਆਂ ਦੇ ਸਿੰਘਾਸਨ ਲੱਗੇ ਹੋਏ ਨੇ। ਅਸੀਂ ਉੱਥੇ ਵੀ ਨਮਸਕਾਰਾਂ ਕਰੀ ਜਾਂਦੇ ਹਾਂ, ਬਲਕਿ ਜਦੋਂ ਹੁਣ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਾਉਣ ਤਾਂ ਕਿ ਜਿਹੜਾ ਨਾ ਵੀ ਮੱਥਾ ਟੇਕਣਾ ਚਾਹੇ ਟੇਕੇ। ਮੈਨੂੰ ਆਪਣੀ ਕਹਾਣੀ ਹੱਡ ਬੀਤੀ ਆਪਣੀ ਇਸ ਕਿਤਾਬ ਵਿੱਚ ਨਵੀਂ 'ਚ ਲਿਖਣੀ ਪਈ ਕਿ ਲੰਡਨ ਵਿੱਚ ਪ੍ਰੋਗਰਾਮ ਕਰਨ ਗਏ, ਉੱਥੇ ਅੰਦਰ ਪੁਰਬ ਅੰਦਰ ਬਰਸੀ ਮਨਾਈ ਜਾ ਰਹੀ ਸੀ ਸੰਤ ਦੀ, ਉਹਦੀ ਫੋਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇਉਂ ਰੱਖੀ ਹੋਈ ਸੀ ਤਾਂ ਕਿ ਜੇ ਕੋਈ ਮੱਥਾ ਨਾ ਵੀ ਟੇਕਣਾ ਚਾਹੇ ਟੇਕਣਾ ਹੀ ਪਵੇ। ਪਰ ਜਾਗਦੇ ਸਿੰਘ ਜਾਗ੍ਰਿਤ ਅਵਸਥਾ ਵਾਲੇ ਸਿੰਘ ਬਾਹਰ ਖੜ੍ਹੇ ਹੋ ਗਏ। ਜਦੋਂ ਦਾਸ ਉੱਥੇ ਪੁੱਜਿਆ ਉਹਨਾਂ ਨੇ ਆਖਿਆ ਸਿੰਘ ਸਾਹਿਬ, ਉਦੋਂ ਸਿੰਘ ਸਾਹਿਬ ਨੇ ਅੰਦਰ ਤਾਂ ਆਹ ਕੁਝ ਹੋ ਰਿਹਾ, ਮੈਂ ਕਿਹਾ ਵੀ ਮੈਨੂੰ ਜਾਣ ਦਿਓ, ਜਾ ਕੇ ਦੇਖ ਕੇ ਗੱਲ ਕਰਾਂਗਾ। ਅੰਦਰ ਗਿਆ, ਮੈਂ ਪਹਿਲੀ ਸਮਝਾਉਣ ਦੀ ਗੱਲ ਕੀਤੀ ਉਸ ਸਿੰਘ ਨੂੰ, ਉਹਦਾ ਨਾਮ ਵੀ ਗਿਆਨੀ ਕਰਤਾਰ ਸਿੰਘ ਕਰਕੇ ਲੰਡਨ ਰਹਿੰਦੇ ਨੇ ਅੱਜ ਵੀ। ਉਹਨਾਂ ਨੂੰ ਬੇਨਤੀ ਕੀਤੀ ਪਹਿਲੇ ਜੇ ਤੁਸੀਂ ਜ਼ਰੂਰ ਇਸ ਮੂਰਤੀ ਦੀ ਪੂਜਾ ਕਰਨੀ ਹੈ ਤਾਂ ਇੱਕ ਪਾਸੇ ਦੀਵਾਰ ਨਾਲ ਵੱਖਰੀ ਰੱਖ ਦਿਓ, ਜਿੰਦਾ ਦਿਲ ਚਾਹੇਗਾ ਜਿਹੜਾ ਇਹਦਾ ਪੁਜਾਰੀ ਹੋਏਗਾ ਮੱਥਾ ਟੇਕ ਲਏਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਾ ਰੱਖੋ। ਖੈਰ ਇੰਨੀ ਕੁ ਗੱਲ ਉਹ ਮੰਨ ਗਏ, ਬੂਲੇ 'ਚ ਰਹਿੰਦੇ ਨੇ ਅੱਜ ਵੀ ਰਹਿੰਦੇ ਨੇ ਲੰਡਨ ਬੂਲੇ 'ਚ ਗਿਆਨੀ ਕਰਤਾਰ ਸਿੰਘ ਕਰਕੇ। ਮੈਂ ਗੱਲ ਉਨੀ ਕੁ ਕਰਨਾ ਚਾਹੁੰਦਾ ਜਿਹੜੀ ਹੱਡ ਬੀਤੀ ਹੈ, ਉਹ ਮੰਨ ਗਏ। ਉਹਨਾਂ ਉੱਥੋਂ ਆਸਣ ਚੁੱਕਿਆ ਅਤੇ ਦੀਵਾਰ ਦੇ ਨਾਲ ਵੱਖਰਾ ਲਾ ਦਿੱਤਾ, ਕੀਰਤਨ ਹੋ ਗਿਆ। ਕਿਸੇ ਸੱਜਣ ਨੇ ਮੇਰੀ ਇਹ ਸ਼ਿਕਾਇਤ ਵੀ ਨਾਨਕ ਸਰ ਕਰ ਦਿੱਤੀ, ਦੇਖੋ ਜੀ ਉਹਨਾਂ ਨੇ ਬਾਬਾ ਜੀ ਦਾ ਸਰੂਪ ਚੁਕਵਾ ਦਿੱਤਾ। ਉਹ ਗੱਲ ਕਿੱਥੋਂ ਤੱਕ ਪਹੁੰਚੀ ਉਹ ਕਿਤਾਬ ਵਿੱਚ ਮੈਨੂੰ ਲਿਖਣੀ ਪਈ, ਪੜ੍ਹ ਸਕਦਾ। ਕਿਹੜੀ ਅਜੀਬ ਗੱਲ ਹੈ, ਇਹ ਤਮਾਸ਼ਾ ਕੋਈ ਇੱਕ ਥਾਂ ਤੇ ਹੋ ਰਿਹਾ, ਇੱਥੇ ਵੀ ਹੋ ਰਿਹਾ। ਰਾਜੀਪਾਲ ਸਿੰਘ ਨਾਲ ਬੈਠਾ ਕਿਸੇ ਵੀਰ ਦੇ ਘਰ, ਬੜੇ ਅਮੀਰ ਘਰ ਸੀ, ਘਰ ਕੀਰਤਨ ਕਰਨ ਗਏ, ਅਖੰਡ ਪਾਠ ਦਾ ਭੋਗ ਪੈਣਾ ਸੀ, ਉਸ ਤੋਂ ਬਾਅਦ ਕੀਰਤਨ ਹੋਣਾ ਸੀ। ਜਦੋਂ ਜਾ ਕੇ ਨਮਸਕਾਰ ਕੀਤੀ ਕੀ ਦੇਖਿਆ ਕਿ ਬੜਾ ਖੂਬਸੂਰਤ ਸਿੰਘਾਸਨ ਸਜਾ ਕੇ ਤਕੀਏ ਲਾ ਕੇ ਮਗਰ ਨਾਲ ਫੋਟੋ ਰੱਖੀ ਹੋਈ ਹੈ। ਮੈਂ ਉਸ ਵੀਰ ਨੂੰ ਬੁਲਾਇਆ ਅਤੇ ਅਰਜ਼ ਕੀਤੀ, ਪੜ੍ਹਿਆ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕਰਕੇ ਵੀ ਤੈਨੂੰ ਇੱਥੋਂ ਕੁਝ ਨਹੀਂ ਮਿਲਿਆ, ਤੈਨੂੰ ਇਹਦੇ 'ਤੇ ਵਿਸ਼ਵਾਸ ਨਹੀਂ ਵੀ ਇਹ ਵੀ ਕੁਝ ਦਿੰਦਾ, ਅਤੇ ਜੇ ਇਹ ਕੁਝ ਨਹੀਂ ਦਿੰਦਾ ਤਾਂ ਦੋ ਦਿਨਾਂ ਤੋਂ ਅਖੰਡ ਪਾਠ ਰਖਾ ਕੇ ਕਿਉਂ ਸਮਾਂ ਜ਼ਾਇਆ ਕੀਤਾ ਜੇ ਤੈਨੂੰ ਇਹ ਭਰੋਸਾ ਵੀ ਇੱਥੋਂ ਕੁਝ ਨਹੀਂ ਮਿਲਣਾ, ਅਤੇ ਜੇ ਇੱਥੋਂ ਤੈਨੂੰ ਕੁਝ ਨਹੀਂ ਮਿਲਣਾ ਤਾਂ ਆਹ ਫੋਟੋ ਵਿੱਚੋਂ ਮਿਲੇਗਾ ਦਾ ਸਿੰਘਾਸਨ ਨਾਲ ਬਣਾਈ ਬੈਠਾ। ਉਸ ਵਿਚਾਰੇ ਕੋਲ ਜਵਾਬ ਤਾਂ ਨਹੀਂ ਸੀ, ਪਰ ਇੱਕੋ ਹੀ ਜਵਾਬ ਸੀ, ਜੀ ਮੇਰੀ ਮਜਬੂਰੀ ਹੈ ਕਿਉਂਕਿ ਅਸੀਂ ਇੱਥੋਂ ਦੇ ਸ਼ਰਧਾਲੂ ਹਾਂ, ਬਾਕੀ ਮੇਰੇ ਜਿਹੜੇ ਮਿੱਤਰ ਦੋਸਤ ਰਿਸ਼ਤੇਦਾਰ ਆ ਰਹੇ ਨੇ ਉਹ ਵੀ ਸ਼ਰਧਾਲੂ ਨੇ, ਹੁਣ ਮੈਂ ਚੁੱਕ ਨਹੀਂ ਸਕਦਾ। ਸਾਹਮਣੇ ਬੈਠਾ ਵੀ ਅਸੀਂ ਆਖਿਆ ਵੀ ਤੂੰ ਚੁੱਕ ਨਹੀਂ ਸਕਦਾ ਫੋਟੋ, ਅਸੀਂ ਵਾਜੇ ਚੁੱਕ ਲੈਂਦੇ ਹਾਂ। ਤੂੰ ਫੋਟੋ ਨਹੀਂ ਚੁੱਕ ਸਕਦਾ, ਅਸੀਂ ਵਾਜੇ ਚੁੱਕ ਲੈਂਦੇ ਹਾਂ। ਮੈਂ ਇਹਨਾਂ ਨੂੰ ਆਖਿਆ ਮੈਂ ਵਾਜੇ ਚੁੱਕੋ, ਅਸੀਂ ਕੀਰਤਨ ਫੋਟੋ ਦੇ ਸਾਹਮਣੇ ਨਹੀਂ ਬੈਠ ਕੇ ਕਰ, ਅਣਜਾਣੇ ਸਭ ਕੁਝ ਹੁੰਦਾ ਰਿਹਾ। ਮੈਂ ਇੱਕ ਵਾਰ ਸ਼ਬਦ ਤੋਂ ਪੜ੍ਹੀ ਸੀ, ਬਾਬਾ ਕਬੀਰ ਜੀ ਨੇ ਬੜੀ ਖੂਬਸੂਰਤ ਗੱਲ ਕਹੀ, ਕਹਿ ਕਬੀਰ ਅਬ ਜਾਣੇ ਹਾਂ, ਉੱਥੇ ਅਬ ਲਫ਼ਜ਼ ਵਰਤਿਆ। ਕਈ ਵਾਰੀ ਐਸਾ ਵੀ ਹੁੰਦਾ ਜਬ ਨਾ ਜਾਣਿਆ ਹੋਵੇ ਉਹ ਭਰਿਆ, ਜਿਸ ਦਿਨ ਤੂੰ ਜਾਣ ਲਵੇ ਉਸ ਦਿਨ 'ਤੇ ਬਦਲ ਜਾ। ਕਬੀਰ ਨੇ ਆਖਿਆ, ਕਹਿਣ ਲੱਗੇ ਕਹਿ ਕਬੀਰ ਅਬ ਜਾਣੇ ਆ, ਫਿਰ ਕਹਿਣ ਲੱਗੇ ਜਬ ਜਾਣੇ ਆ ਤੋ ਮਨ ਮਾਨੇ ਆ, ਮਨ ਮਾਨੇ ਲੋਕ ਨਾ ਪਤੀ, ਹੁਣ ਮੈਨੂੰ ਸੰਸਾਰ ਦੀ ਨਾਰਾਜ਼ਗੀ ਦਾ ਕੋਈ ਡਰ ਨਹੀਂ।
ਤੇ ਮਨ ਜਾਣ ਤਾਂ ਸਭ ਬਾਤ ਔਗਣ ਤਾਂ ਉਦੋਂ ਬਣਦਾ ਜਦੋਂ ਕੁਝ ਨਾ ਜਾਣਦਾ ਹੋਵੇ ਅਣਜਾਣੇ ਤਾਂ ਭੁੱਲ ਹੁੰਦੀ ਹੈ ਜਾਣ ਕੇ ਪਾਪ ਹੁੰਦਾ ਹੈ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀ ਕੂਏ ਪਰੇ ਅਸੀਂ ਸਾਜ ਉਠਾਏ ਤੇ ਘਰ ਵਾਪਸ ਆ ਗਏ ਟੋਰਾਂਟੋ ਦੀ ਗੱਲ ਇੱਥੋਂ ਦੀ ਵਾਪਸ ਆ ਗਏ ਪਰ ਮੈਂ ਹੈਰਾਨ ਹੁੰਦਾ ਕਿ ਉਹ ਨਾਟਕ ਉਹ ਤਮਾਸ਼ਾ ਖਤਮ ਹੋ ਗਿਆ ਚੱਲ ਰਿਹਾ ਸਤਿਗੁਰੂ ਨੇ ਬਾਣੀ ਅੰਦਰ ਬੜੀ ਖੂਬਸੂਰਤ ਗੱਲ ਆਖੀ ਕਹਿਣ ਲੱਗੇ ਜਿਉਂ ਵੇਸਵਾ ਕੇ ਪਰੇ ਅਖਾਰਾ ਕਾਪੁਰ ਪੈਰ ਕਰੇ ਸ਼ਿੰਗਾਰਾ ਪੂਰੇ ਤਾਲ ਨਿਹਾਲੇ ਸਾਸ ਵਾਕੇ ਗਲੇ ਜਮਕਾ ਹੈ ਫਾਸ ਕੇਸੋ ਵੀ ਬੜੇ ਖੂਬਸੂਰਤ ਕੱਪੜੇ ਪਾ ਕੇ ਸ਼ਿੰਗਾਰ ਕਰਕੇ ਆਪਣਾ ਪ੍ਰਭਾਵ ਬਣਾ ਕੇ ਅਖਾੜੇ ਵਿੱਚ ਆਉਂਦੀ ਹੈ ਲੋਕ ਉਹਨਾਂ ਦੇ ਦੁਆਲੇ ਵੀ ਇਕੱਠੇ ਹੋ ਜਾਂਦੇ ਨੇ ਅੱਜ ਸਿੱਖੀ ਵੀ ਕਿਤੇ ਇੱਕ ਤਮਾਸ਼ਾ ਨਾ ਬਣਾ ਦਿਓ ਜੇ ਕੇਵਲ ਸਰੂਪ ਨਾਲ ਕੇਵਲ ਭੇਖ ਨਾਲ ਬਣੀ ਹੋਈ ਸਿੱਖੀ ਇੱਕ ਨਾਟਕ ਹੈ ਸਵਾਂਗ ਕੱਛ ਅੱਜ ਕੀ ਹੈ ਜੀਵਨ ਦਾ ਮਸਲਾ ਕੋਈ ਨਹੀਂ ਰਿਹਾ ਕਿਸੇ ਨੇ ਨੀਲੀ ਪੀਲੀ ਕਾਲੀ ਪੱਗ ਬੰਨੀ ਹੋਵੇ ਉਹ ਸਪੈਸ਼ਲ ਚੰਗਾ ਸਿੱਖ ਨਜ਼ਰ ਆਉਂਦਾ ਸੀ ਕਹਿੰਦੇ ਚੰਗਾ ਸਿੱਖ ਕਿਸੇ ਨੇ ਗੋਲ ਪੱਗ ਤੇ ਚਿੱਟੇ ਕੱਪੜੇ ਲੰਬੇ ਚੋਲੇ ਪਾਏ ਹੋਣ ਨਾਲ ਕੋਈ ਹੱਥ ਵਿੱਚ ਗੜਵਾ ਫੜ ਕੇ ਮਗਰ ਤੁਰਿਆ ਹੋਵੇ ਸਾਨੂੰ ਬੜਾ ਮਹਾਨ ਮਹਾਂਪੁਰਖ ਨਜ਼ਰ ਆਉਂਦਾ ਸਾਰਾ ਕੁਝ ਅਸੀਂ ਭੇਖ 'ਤੇ ਖੜਾ ਕਰ ਲਿਆ ਹੈ ਵਿਸ਼ਵਾਸ ਕਰਿਓ ਭੇਖ ਜਿੰਨਾ ਹੈ ਉਹ ਇੱਕ ਨਾਟਕ ਹੈ ਤੇ ਨਾਟਕ ਦੀ ਨਿਸ਼ਾਨੀ ਇਹ ਹੈ ਉਹ ਅੰਦਰੋਂ ਉਹ ਨਹੀਂ ਹੁੰਦਾ ਜੋ ਬਾਹਰੋਂ ਹੁੰਦਾ ਰਾਜਾ ਬਣਾ ਕੇ ਬਿਠਾਇਆ ਹੈ ਮੰਗਤਾ ਇਸ ਲਈ ਨਾਟਕ ਨਾ ਜੀਵਨ ਵਿੱਚ ਵੜਨ ਦਿਓ ਅੱਜ ਦਾ ਦੁਖਾਂਤ ਕਹੀਏ ਧਰਮ ਦੇ ਨਾਮ ਥੱਲੇ ਸਾਡੇ ਕੋਲ ਵੀ ਨਾਟਕ ਹੈ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਰ ਜੇ ਜੋਤ ਨਾ ਜਗਾਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਧੂਰਾ ਹੈ ਜੇ ਨਾਰੀਅਲ ਨਾ ਰੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਧੂਰਾ ਹੈ ਜਪਜੀ ਸਾਹਿਬ ਦਾ ਪਾਠ ਨਾਲ ਰੱਖ ਲਿਆ ਜੇ ਉਹਨਾਂ ਕੋਲ ਪੁੱਛੀਏ ਨਾ ਕਿਉਂ ਰੱਖਦੇ ਹੋ ਤੇ ਕਹਿੰਦੇ ਨੇ ਜੀ ਕਈ ਵਾਰੀ ਪਾਠੀ ਪਾਠ ਕਰਦਾ ਕਰਦਾ ਕੁਝ ਭੁੱਲ ਜਾਏ ਕੋਈ ਰਹਿ ਜਾਏ ਤਾਂ ਇਹ ਵਾਧੂ ਪਾਠ ਨਾਲ ਚੱਲਦਾ ਰਹੇ ਇਹਦਾ ਮਤਲਬ ਪੈਂਚਰ ਲਾਉਣ ਵਾਲੀ ਗੱਲ ਹੈ ਜਿੱਥੇ ਜਿੱਥੇ ਕੋਈ ਚੀਜ਼ ਰਹਿ ਜਾਏ ਉਹ ਜਪਜੀ ਸਾਹਿਬ ਦਾ ਉਹ ਅੱਖਰ ਉੱਥੇ ਪਾ ਦਿਓ ਧਰਮ ਨੂੰ ਇੱਕ ਨਾਟਕ ਨਾ ਬਣਾਓ ਧਰਮ ਨੂੰ ਇੱਕ ਤਮਾਸ਼ਾ ਨਾ ਬਣਾਓ ਇਹੋ ਗੱਲਾਂ ਦੇ ਸਵਾਲ ਕੀਤੇ ਬਾਬਾ ਕਬੀਰ ਨੇ ਮਾਲਣ ਤੇ ਹੇ ਮਾਲਣ ਮੈਂ ਤੇਰੇ ਜੀਵਨ ਵੱਲ ਦੇਖਣਾ ਤੂੰ ਤੇ ਇੱਕ ਨਾਟਕ ਭੇਖੇ ਵੀ ਨਹੀਂ ਬ੍ਰਹਮਪਾਤੀ ਬਿਸ਼ੰਡਾਰੀ ਫੂਲ ਸ਼ੰਕਰ ਦੇਵ ਤੀਨ ਦੇਵ ਪ੍ਰਤਖ ਤੋਰੇ ਕਰੇ ਕਿਸ ਕੀ ਪਖਾਣ ਗੜ ਕੇ ਮੂਰਤ ਕੀ ਜਿਹਨੇ ਪੱਥਰ ਨੂੰ ਘੜ ਕੇ ਮੂਰਤੀ ਬਣਾਈ ਉਹਨੇ ਛਾਤੀ 'ਤੇ ਪੈਰ ਰੱਖਿਆ ਘੜਨ ਵਾਲੇ ਨੂੰ ਕਿਸੇ ਘਾੜੇ ਨੂੰ ਕਦੇ ਵੇਖ ਲਓ ਇੱਕ ਪੈਰ ਹੁੰਦਾ ਪੱਥਰ ਦੇ ਉੱਤੇ ਹੁੰਦਾ ਅਤੇ ਦੂਜਾ ਪੈਰ ਥੱਲੇ ਹੁੰਦਾ ਉਹ ਛੈਣੀ ਨਾਲ ਅਤੇ ਹਥੌੜੇ ਨਾਲ ਉਹਨੂੰ ਤਰਾਸ਼ ਰਿਹਾ ਹੁੰਦਾ ਕਹਿਣ ਲੱਗੇ ਪਖਾਣ ਗੜ ਕੇ ਮੂਰਤ ਕਿੰਨੀ ਦੇ ਕੇ ਛਾਤੀ ਪਾਓ ਜੇ ਇਹ ਮੂਰਤ ਸੱਚ ਜੇ ਇਹਦੇ ਵਿੱਚ ਕੋਈ ਸ਼ਕਤੀ ਹੈ ਤਾਂ ਉਂਝ ਨੇ ਪੈਰ ਉੱਤੇ ਰੱਖ ਕੇ ਇਹਦੀ ਬੇਅਦਬੀ ਕੀਤੀ ਹੈ ਮੂਰਤ ਭਗਵਾਨ ਦੀ ਕਹਿਣ ਲੱਗੇ ਉਹਨੂੰ ਕਿਉਂ ਨਹੀਂ ਇਹਨੇ ਖਤਮ ਕੀਤਾ ਪਹਿਲਾਂ ਉਹਨੂੰ ਸਜ਼ਾ ਕਿਉਂ ਨਹੀਂ ਦਿੱਤੀ ਤੂੰ ਕਹਿੰਦੇ ਇਤਿਹਾਸ ਲਈ ਬੈਠਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤੂੰ ਸਮਝਣਾ ਹੈ ਕਿ ਮੇਰੇ ਦੀਵੇ ਦਾ ਚਾਨਣ ਵੱਡਾ ਹੋ ਜਾਏਗਾ ਲੋਕ ਜ਼ਬਾਨੋ ਜ਼ਬਾਨੀ ਆਖੀ ਜਾਂਦੇ ਨੇ ਸੂਰਜ ਨੂੰ ਕਦੇ ਕਿਸੇ ਨੇ ਦੀਵਾ ਨਹੀਂ ਦਿਖਾਇਆ ਜਿਹੜਾ ਦਿਖਾਉਂਦਾ ਉਹਨੂੰ ਮੂਰਖ ਆਖਦੇ ਨੇ ਅਤੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜੋਤ ਜਗਾ ਕੇ ਆਖਦੇ ਨਾ ਵੀ ਇਹਦੇ ਚਾਨਣ ਨਾਲ ਦੇਵੀ ਦੇਵਤੇ ਖੁਸ਼ ਹੁੰਦੇ ਨੇ ਉਹਨਾਂ ਨੂੰ ਮੈਂ ਮੂਰਖ ਨਾ ਆਖਾਂ ਤੇ ਸਤਿਗੁਰੂ ਨੇ ਬਾਣੀ ਅੰਦਰ ਇਸੇ ਲਈ ਮੁਖਾਤਬ ਕਰਕੇ ਆਖਿਆ ਕਹਿਣ ਲੱਗੇ ਮੈਂ ਦੇਖਦਾ ਕਿ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾ ਕੇ ਤੂੰ ਉਸ ਪੱਥਰ ਦੀ ਮੂਰਤੀ ਦੇ ਸਾਹਮਣੇ ਰੱਖ ਕੇ ਭੋਗ ਲਵਾਈ ਜਾਂਦਾ ਅਸੀਂ ਤੱਕ ਅਸੀਂ ਭੋਗ ਲਵਾਉਣਾ ਨਹੀਂ ਛੱਡਿਆ ਲਫ਼ਜ਼ ਭੋਗ ਜਿਹੜਾ ਹਾਲਾਂਕਿ ਸਿੱਖ ਰਹਿਤ ਮਰਿਆਦਾ ਵਿੱਚ ਵੀ ਇਹ ਆ ਕੇ ਭੋਗ ਲਾਉਣਾ ਨਹੀਂ ਕਹਿਣਾ ਪ੍ਰਵਾਨ ਹੋਇਆ ਕਹਿਣਾ
ਪਰ ਅਸੀਂ ਭੁੱਖ ਲੋਣਾ ਨਹੀਂ ਛੱਡਿਆ। ਬਾਬਾ ਕਬੀਰ ਜੀ ਦਾ ਇਹ ਲਫ਼ਜ਼ ਬੜਾ ਖੂਬਸੂਰਤ, ਕਹਿਣ ਲੱਗੇ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾ ਕੇ ਤੇ ਤੂੰ ਪੱਥਰ ਦੀ ਮੂਰਤੀ ਨੂੰ ਭੋਗ ਲਵਾਉਣ ਵਾਸਤੇ ਲਿਆ ਕੇ ਸਾਹਮਣੇ ਰੱਖਣਾ ਤੇ ਕਈ ਵਾਰ ਬ੍ਰਾਹਮਣ ਤੇਰੇ ਦਿਖਾਵੇ ਲਈ ਉਂਗਲੀ ਜਾਂ ਚਮਚ ਲੈਂਦਾ, ਉਂਗਲੀ ਲੈ ਕੇ ਉਹਦੇ ਮੂੰਹ ਨੂੰ ਪੱਥਰ ਦੀ ਮੂਰਤੀ ਦੇ ਮੂੰਹ ਨੂੰ ਲਾ ਦਿੰਦਾ ਲੱਗ ਜਾਂਦਾ ਤੇ ਕਹਿੰਦਾ ਭੋਗ ਲੱਗ ਗਿਆ। ਤੇ ਜਦੋਂ ਤੂੰ ਭੋਜਨ ਛਕਾ ਕੇ ਵਾਪਸ ਚਲਾ ਜਾਂਦਾ ਨਾ, ਉਹ ਸੋਚਦਾ ਵੀ ਇਹਦੇ 'ਤੇ ਹੁਣ ਮੂਰਤੀ ਦੇ ਮੂੰਹ 'ਤੇ ਮੱਖੀਆਂ ਬਹਿਣਗੀਆਂ, ਕੀੜੀਆਂ ਚੜ੍ਹਨਗੀਆਂ, ਕਿਉਂਕਿ ਮਿੱਠਾ ਭੋਜਨ ਹੈ। ਜਦੋਂ ਚਲਾ ਜਾਂਦਾ ਉਦੋਂ ਛਾਰ ਸੁਆਹ ਲੈਂਦਾ ਅਤੇ ਉਸ ਮੂੰਹ ਨੂੰ ਮਾਂਜਣ ਲੱਗ ਪੈਂਦਾ। ਬਾਬਾ ਕਬੀਰ ਕਹਿੰਦੇ ਨੇ ਮੈਂ ਤੇਰਾ ਭੋਜਨ ਛਕਣ ਵਾਲਾ ਠਾਕਰ ਵੇਖਾਂ ਕਿ ਮੂੰਹ 'ਤੇ ਸੁਆਹ ਮਲਣ ਵਾਲਾ ਠਾਕਰ ਵੇਖਾਂ। ਕਹਿਣ ਲੱਗੇ ਪਾਤ ਪਹਿਤ ਅਰ ਲਾਪਸੀ ਕਰ ਕਰਾ ਕਾ ਸਾ ਭੋਗਨ ਹਾਰੇ ਭੋਗਿਆ ਭੋਗਨ ਹਾਰੇ ਭੋਗਿਆ ਇਸ ਮੂਰਤ ਤੇ ਮੁਖ ਛਾਰ ਇਸ ਮੂਰਤ ਤੇ ਮੁਖ ਛਾਰ। ਆਖਰੀ ਲਾਈਨ ਅੰਦਰ ਬਾਬਾ ਕਬੀਰ ਜੀ ਫੈਸਲਾ ਸੁਣਾਉਂਦੇ, ਕਹਿੰਦੇ ਨੇ ਹੇ ਮਾਲਣ ਤੂੰ ਵੀ ਭੁੱਲ ਗਈ, ਦੁਨੀਆਂ ਨੂੰ ਜਿੱਥੇ ਜਿੱਥੇ ਮੈਂ ਫਿਰਿਆ ਮੈਂ ਤਮਾਸ਼ਾ ਹੀ ਕਰਦਾ ਵੇਖਿਆ, ਸੰਸਾਰਿਕ ਨਾਮ 'ਤੇ ਵੀ, ਪਰਿਵਾਰਿਕ ਨਾਮ 'ਤੇ ਵੀ ਅਤੇ ਧਾਰਮਿਕ ਨਾਮ 'ਤੇ ਵੀ, ਧਰਮ ਦੀ ਦੁਨੀਆ ਵਿੱਚ ਵੀ ਤਮਾਸ਼ਾ ਸਾਰੇ ਹੀ ਭੁੱਲ ਗਏ। ਬਾਬਾ ਕਬੀਰ ਕਹਿੰਦੇ ਨੇ ਇੱਕ ਮੈਂ ਭੁੱਲਣੋਂ ਬਚ ਗਿਆ, ਉਹ ਵੀ ਤਾਂ ਕਿਉਂਕਿ ਮੈਨੂੰ ਗੁਰੂ ਨੇ ਰਹਿਮਤ, ਰਾਮ ਨੇ, ਪ੍ਰਭੂ ਨੇ ਰਹਿਮਤ ਕਰਕੇ ਬਚਾ ਲਿਆ। ਮਾਲਿਨ ਭੁੱਲੀ ਜੋਗ ਭੁਲਾਨਾ ਹਮ ਭੁਲਾਨੇ ਨਾ, ਮਾਲਿਨ ਭੁੱਲੀ ਜੋਗ ਭੁਲਾਨਾ ਹਮ ਭੁਲਾਨੇ ਨਾ। ਕਹੇ ਕਬੀਰ ਹਮ ਰਾਮ ਰਾਖੇ, ਕਹੇ ਕਬੀਰ ਹਮ ਰਾਮ ਰਾਖੇ ਕਿਰਪਾ ਹਰ ਰਾਮ ਕਿਰਪਾ ਕਰ ਹਰ ਰਾਮ ਕਿਰਪਾ ਕਰ ਹਰ ਰਾਮ ਭੁੱਲੀ।
दुनिया की सतह ते तो हर पासे एक नाटक तमाशा चल ही रहा है। तमाशे ते किसी नूं भरोसा नहीं हुंदा। इसलिए अज सियासत दे खेत्र विच परिवारिक खेत्र अंदर किसी थां ते भरोसा नहीं रहा। एक धर्म सी जिंदे नां ते मनुख नूं भरोसा हुंदा सी। मैं एक बार एग्जाम्पल दित्ती सी कि आ सड़कां ते ट्रकां नूं तोलन वाले कंडे लगे हुंदे ने। दूजी एग्जाम्पल सी कि सुनियारियां ने अपने कोल भी एक कंडा छोटा जिहा रखिया हुंदा जिहड़ा शीशे विच बंद हुंदा। उनका नाम धर्म कंडा आखते हैं। तो मैं आख्या कि एड्डी अजीब गल है, तोलना सोना है, तोलना लोहा है, तोलनी लकड़ी है, तो ना धर्म कंडा। धर्म की इतने की लोड़ है? जिन्होंने धर्म कंडा ना लिखा ना उन्होंने इसलिए लिखा भी लोगों को विश्वास आ जाए। मैं एग्जाम्पल दी सी तुसी किसी सुनार कोलों जो चीज़ मर्जी ज्वेलरी ले आओ तो फिर उसका विश्वास करने लिए भी इन्हें ठीक तोल बजती फिर लैके जाते किसी धर्मकंडे को। जो धर्मकंडे के नाम की रसीद तुहानू मिल जाती है ना फिर विश्वास हो जाता है भी ये धर्मकंडे ते तुलाया। धर्म नाम सी विश्वास का। पर अज धर्म की दुनिया में ही कदी कौड़ी सच्चाई अब विश्वासी ज्यादा हो गई है। सानू तो श्री गुरु ग्रंथ साहब पर भी विश्वास नहीं रहा। असी हर गल पुछते फिरने बाहरों साधा संतां ते डेरियां कोलों विश्वास नहीं रहा। तो जिथे विश्वास ना रहे समझ लो उत्थे धर्म नहीं रहा। धर्म के खेत्र विच भी नाटक शुरू हो गया है। पर आओ जे धर्मी बनना चाहते हैं तो धर्म के खेत्र विचों नाटक कढ़ीए। जिहड़े अपने आप नूं श्री गुरु ग्रंथ साहिब दा सिख अखवांदे ने ते मन्नदे ने छड्ड दिओ बाकी सारियां चीज़ां। असीं की लैणा है किसी मूर्तियां कोलों, किसी डेरियां कोलों, किसी जोतां कोलों, किसी नारियल कोलों, किसी फोटोआं कोलों। गुरु नाल नाटक ना करिए। सानू जरूरी है जे धर्मी बनना गुरु नाल नाटक ना करिए। ये ना आखिए गुरु तू है पूजा सानू तू सानू अधूरा दिसना जे आ ना होया ते तैनू असी पूरा करना है क्योंकि जोत जगा के असी तैनू पूरा किया है तू तो अधूरा सैन। ये नाटक कढ़ दईए ताकि असी पूरे गुरु वाले पूरे सिख अखवा सकीए। इन्हां शब्दां नाल खिमां दा जाचक हाँ। फतेह बुलाओ। वाहिगुरु जी का खालसा। वाहिगुरु।